ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਵੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਪਾਂ 28 ਅਗਸਤ ਸਵੇਰ ਤੋਂ ਲੈ ਕੇ ਆਉਣ ਵਾਲੇ ਘੰਟਿਆਂ ਤੱਕ ਪੰਜਾਬ ਵਿੱਚ ਮੌਸਮ ਕਿਵੇਂ ਦਾ ਰਹੇਗਾ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਅਸਰ ਨੇ ਕਿਹੜੇ ਇਲਾਕੇ ਖੁਸ਼ਕ ਰਹਿਣਗੇ ਡਿਟੇਲ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੋ ਜਿਵੇਂ ਕਿ ਕੱਲ ਆਪਾਂ ਰਾਤ ਵਾਲੀ ਵੀਡੀਓ ਵਿੱਚ ਦੱਸਿਆ ਸੀ ਕਿ ਅੱਧੀ ਰਾਤ ਤੋਂ ਪੰਜਾਬ ਦੇ ਇਲਾਕਿਆਂ ਵਿੱਚ ਬਰਸਾਤੀ ਗਤੀਵਿਧੀਆਂ ਸ਼ੁਰੂ ਹੋਣ ਦੇ ਸਾਰ ਨੇ ਤਾਂ ਉਸੇ ਤਰ੍ਹਾਂ ਫਾਜ਼ਿਲਕਾ ਮੁਕਸਰ ਫਰੀਦਕੋਟ ਤੇ ਬਠਿੰਡਾ ਦੇ ਇਲਾਕਿਆਂ ਨੂੰ ਕਵਰ ਕਰਦੀ ਹੋਈ ਬੱਦਲੀ ਸਿਸਟਮ ਤਰਨਤਾਰਨ ਤੋਂ ਲੈ ਕੇ ਅਮਰਸਰ ਗੁਰਦਾਸਪੁਰ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਚੰਗੀ ਬਰਸਾਤ ਅੱਧੀ ਰਾਤ ਤੋਂ ਜਾਰੀ ਹੈ ਤੇ ਇਹਨਾਂ ਇਲਾਕਿਆਂ ਵਿੱਚ ਕਾਫੀ ਦਰਮਿਆਨੇ ਤੋਂ ਲੈ ਕੇ ਹਲਕੇ ਰੂਪ ਤੱਕ ਬਰਸਾਤ ਕਈ ਇਲਾਕਿਆਂ ਵਿੱਚ ਹੋ ਚੁੱਕੀ ਹੈ ਤੇ ਹੁਣ ਜੇ ਸਵੇਰ ਦੀ ਗੱਲ ਕਰੀ ਤਾਂ ਅੱਜ ਲਗਭਗ ਸਵੇਰ ਦੇ 6 ਵਜੇ ਤੋਂ ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਸਾਰ ਨੇ ਤਾਂ ਇਸ ਦੇ ਵਿੱਚ ਫਿਰੋਜ਼ਪੁਰ, ਮੋਗਾ ਤੇ ਨਾਲ ਲੁਧਿਆਣਾ ਜ਼ਿਲ੍ਹਾ ਜਲੰਧਰ, ਕਪੂਰਥਲਾ ਨਾਲ ਕੁਝ ਭਾਗ ਹੁਸ਼ਿਆਰਪੁਰ ਦੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਸਵੇਰ ਦੇ ਸਮੇਂ ਤੋਂ ਹੀ ਬਰਸਾਤੀ ਗਤੀਵਧੀਆਂ ਜਾਰੀ ਰਹਿਣਗੀਆਂ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਦੇ ਮੱਖੂ ਜੀਰਾ ਹੋ ਗਿਆ ਤੇ ਨਾਲ ਸੁਲਤਾਨਪੁਰ ਲੋਧੀ ਹੋ ਗਿਆ ਇਸ ਤੋਂ ਇਲਾਵਾ ਚੋਲਾ ਸਾਹਿਬ ਪੱਟੀ ਨਾਲ ਲੱਗਦੇ ਇਲਾਕੇ ਸ਼ਾਹਕੋਟ ਨਕੋਦਰ ਬਾਗਾ ਪੁਰਾਣਾ ਰਾਏਕੋਟ ਬਰਨਾਲਾ ਦੇ ਕਈ ਭਾਗ ਹੋਣਗੇ ਇਹਦੇ ਅੰਦਰ ਤੇ ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਧੂਰੀ ਹੋ ਗਿਆ ਮਰੀਰਕੋਟ ਲਏ ਇਲਾਕੇ ਹੋ ਜਾਣਗੇ ਤੇ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਵੀ ਕਈ ਇਲਾਕੇ ਕਵਰ ਹੋ ਸਕਦੇ ਨੇ ਮਲੋਹ ਦੇ ਨਾਲ ਲੱਗਦੇ ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਵਿੱਚ ਐਮਦਗੜ ਜਗਰਾਓ ਖੰਨਾ ਲੁਧਿਆਣਾ 메ਨ ਸ਼ਹਿਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਨਕੋਦਰ ਇਹ ਸਾਰੇ ਜੋ ਇਲਾਕੇ ਨੇ ਕਪੂਰਥਲਾ ਤੱਕ ਦੇ ਇਹਨਾਂ ਇਲਾਕਿਆਂ ਵਿੱਚ ਸਵੇਰ ਦੇ ਸਮੇਂ ਬਰਸਾਤ ਹੋਣ ਦੇ ਚਾਂਸ ਬਣੇ ਹੋਏ ਨੇ ਤੇ ਇਸ ਤੋਂ ਬਾਅਦ ਇਹ ਬੱਦਲੀ ਸਿਸਟਮ ਅੱਗੇ ਵੱਧਦਾ ਹੋਇਆ ਹੁਸ਼ਿਆਰਪੁਰ ਦੇ ਇਲਾਕਿਆਂ ਨੂੰ ਕਵਰ ਕਰੇਗਾ ਤੇ ਉਸ ਤੋਂ ਬਾਅਦ ਅੱਗੇ ਨਵਾਂ ਸ਼ਰਤਵਾਦ ਐਸਬੀਐਸ ਨਗਰ ਹੋਗਿਆ ਰੂਪਨਗਰ ਗੜਸ਼ੰਕਰ ਨੰਗਲ ਆਨੰਦਪੁਰ ਸਾਹਿਬ ਫਤੇਗੜ ਸਾਹਿਬ ਦੇ ਹੋਰ ਇਲਾਕੇ ਕਵਰ ਦੇ ਅੰਦਰ ਕਵਰ ਹੋਣ ਦੇ ਆਸਾਰ ਬਣੇ ਹੋਏ ਨੇ ਤੇ ਨਾਲ ਹੀ ਇੱਕ ਛੋਟਾ ਬੱਦਲ ਨਹੀਂ ਇਸਮ ਜਿਹੜਾ ਪੱਛਮੀ ਪਾਸੇੋਂ ਐਂਟਰ ਕਰ ਰਿਹਾ ਤੇ ਜਿਹੜਾ ਕਿ ਤਰਨਤਾਰਨ ਤੋਂ ਲੈ ਕੇ ਅਮਰਤਸਰ ਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਤੋਂ ਬਰਸਾਤੀ ਗਤੀਵਧੀਆਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਰ ਸਕਦਾ ਹੈ ਅਤੇ ਜੇ ਗੱਲ ਕਰੀਏ ਮਾਨਸਾ ਬਠਿੰਡਾ ਸੰਗਰੂਰ ਪਟਿਆਲਾ ਐਸਐਸ ਨਗਰ ਤਾਂ ਇਹਨਾਂ ਇਲਾਕਿਆਂ ਦੇ ਜੋ ਇਲਾਕੇ ਹਰਿਆਣੇ ਸਾਈਡ ਵੱਲ ਪੈਂਦੇ ਨੇ ਤਾਂ ਇਹਨਾਂ ਇਲਾਕਿਆਂ ਵਿੱਚ ਹਾਲਾਂਕਿ ਮੀਂਹ ਦੇ ਸਾਰ ਘੱਟ ਹੋਣਗੇ ਪਰ ਹੋ ਸਕਦਾ ਹੈ ਕਿ ਆਉਣ ਵਾਲੇ ਕਈ ਘੰਟਿਆਂ ਤੱਕ ਇਹਨਾਂ ਇਲਾਕਿਆਂ ਵਿੱਚ ਵੀ ਕੋਈ ਬੱਦਲ ਹੀ ਸਿਸਟਮ ਬਣ ਕੇ ਮੀਂਹ ਦੇ आसार ਬਣ ਸਕਦੇ ਨੇ ਤੇ ਪਰ ਬੱਦਲਬਾਈ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਸਵੇਰ ਦੇ ਸਮੇਂ ਬਣੀ ਰਹੇਗੀ ਤੇ ਇਸ ਤੋਂ ਬਾਅਦ ਜਿਵੇਂ ਜਿਵੇਂ ਮੌਸਮ ਦੀ ਅਪਡੇਟ ਆਉਂਦੀ ਰਹੇਗੀ ਉਸ ਦੇ ਹਿਸਾਬ ਨਾਲ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਹੁਣ ਤੱਕ ਲਈ ਇੰਨਾ ਹੀ ਤੇ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ